ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਸੋ ਅਗਲਾ ਭਾਗ ਲੈ ਕੇ ਆਏ ਹਾਂ ਸੋਸ਼ਲ ਸਟੱਡੀ ਦਾ ਪੰਜਾਬ ਪਟੈਟ ਐਗਜ਼ਾਮ ਲਈ ਜਿਹਦੇ ਵਿੱਚ ਭਾਰਤੀ ਸੰਵਿਧਾਨ ਅਨੁਸੂਚੀਆਂ ਨੀਤੀ ਨਿਰਦੇਸ਼ਕ ਸਿਧਾਂਤ ਰਾਸ਼ਟਰਪਤੀ ਉਪ ਰਾਸ਼ਟਰਪਤੀ ਤਾਂ ਸਾਰੇ ਕੁਐਸਚਨ ਜਿਹੜੇ ਦੇ ਵਿੱਚ ਆ ਜਾਣਗੇ ਤਾਂ ਇਸ ਤੋਂ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ ਰੀਡ ਕਰ ਸਕਦੇ ਹੋ ਜੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਇਹ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਹੈ ਜਿਹੜੀ ਉਮੀਦ ਰਹੀ ਤਾਂ ਸਟਾਰਟ ਕਰਦੇ ਆ ਜੀ ਅਗਲੇ ਨਵੇਂ ਪ੍ਰਸ਼ਨ ਉੱਤਰ ਅਗਲੇ ਪ੍ਰਸ਼ਨ ਤੋਂ ਸਟਾਰਟ ਕਰਾਂਗੇ ਸੰਵਿਧਾਨ ਵਿੱਚ ਪ੍ਰੇਮ ਦੀ ਸੁਤੰਤਰਤਾ ਦਾ ਅਲੱਗ ਤੋਂ ਉਲੇਖ ਨਹੀਂ ਹੈ ਇਸ ਸੁਤੰਤਰਤਾ ਕਿਹੜੇ ਅਨੁਛੇਦ ਦੇ ਵਿੱਚ ਹੈ ਤਾਂ ਏ ਜੀ ਅਨੁਛੇਦ 19 ਆੜੇ ਦੇ ਵਿੱਚ ਅਗਲਾ ਪ੍ਰਸ਼ਨ ਹੈ ਰਾਜ ਸਭਾ ਅਤੇ ਲੋਕ ਸਭਾ ਦੇ ਸੰਯੁਕਤ ਅਦਿবেশਨ ਦੀ ਪ੍ਰਧਾਨਗੀ ਕੌਣ ਕਰਦਾ ਹੈ ਤਾਂ ਉਹ ਕਰਦਾ ਜੀ ਲੋਕ ਸਭਾ ਦਾ ਪ੍ਰਧਾਨ ਸੰਯੁਕਤ ਸਾਂਸਦਿਕ ਸਮਿਤੀ ਦੇ ਪ੍ਰਧਾਨ ਦੀ ਚੋਣ ਕਿਸ ਦੇ ਦੁਆਰਾ ਕੀਤੀ ਜਾਂਦੀ ਹੈ ਤਾਂ ਇਹ ਕੀਤੀ ਜਾਂਦੀ ਹੈ ਜੀ ਲੋਕ ਸਭਾ ਦੇ ਪ੍ਰਧਾਨ ਦੇ ਦੁਆਰਾ ਧਨ ਬਿੱਲ ਦੇ ਸਬੰਧ ਵਿੱਚ ਰਾਜ ਸਭਾ ਨੂੰ ਕਿਸ ਪ੍ਰਕਾਰ ਦਾ ਅਧਿਕਾਰ ਹੈ ਤਾਂ ਇਹ ਹੈ ਜੀ ਕੇਵਲ ਸ਼ਿਫਾਰਸ਼ੀ ਅਧਿਕਾਰ ਲੋਕ ਸਭਾ ਦੇ ਨਿਰਵਾਚਨ ਖੇਤਰਾਂ ਦਾ ਪਰਿਸੇਮਨ ਕੌਣ ਕਰਦਾ ਹੈ ਸੈਕਟਰ ਦਾ ਜੀ పరిਸੀਮਨ ਅਜੋਗ ਭਾਰਤ ਵਿੱਚ ਸਰਵਉੱਚ ਅਦਾਲਤਾਂ ਦੀ ਸੰਖਿਆ ਕਿੰਨੀ ਹੈ ਤੇ ਸੰਖਿਆ ਜੀ 24 ਭਾਰਤ ਵਿੱਚ ਸੰਵਿਧਾਨ ਸਭਾ ਦਾ ਗਠਨ ਕਿਸ ਯੋਜਨਾ ਦੇ ਪ੍ਰਸਤਾਵਾਂ ਦੇ ਅਨੁਸਾਰ ਕੀਤਾ ਗਿਆ ਤਾਂ ਇਹ ਕੀਤਾ ਗਿਆ ਜੀ ਕੈਬਨਟ ਮਿਸ਼ਨ ਯੋਜਨਾਵਾਂ ਦੇ ਅੰਤਰਗਤ ਭਾਰਤ ਵਿੱਚ ਸੰਵਿਧਾਨ ਸਭਾ ਦਾ ਗਠਨ ਸੀ ਜਿਹੜਾ ਕੀਤਾ ਗਿਆ ਸੀ ਅਨੁਸੂਚੀ ਅਤੇ ਜਨਜਾਤੀ ਖੇਤਰਾਂ ਵਿੱਚ ਪ੍ਰਸ਼ਾਸਨ ਦੇ ਸਬੰਧ ਵਿੱਚ ਪ੍ਰਵਿਧਾਨ ਸੰਵਿਧਾਨ ਦੀ ਕਿਸ ਸੂਚੀ ਵਿੱਚ ਕੀਤਾ ਗਿਆ ਸੀ ਜਾਂ ਕੀਤਾ ਗਿਆ ਹੈ ਤਾਂ ਇਹ ਗਿਆ ਜੀ 5ਵੀਂ ਅਤੇ 6ਵੀਂ ਅਨੁਸੂਚੀ ਦੇ ਵਿੱਚ ਭਾਰਤ ਦੇ ਸ਼ਾਸਨ ਪ੍ਰਧਾਨ ਦਾ ਸਬੋਧਨ ਕਿਸ ਲਈ ਕੀਤਾ ਜਾਂਦਾ ਹੈ ਤਾਂ ਇਹ ਕੀਤਾ ਜਾਂਦਾ ਹੈ ਜੀ ਪ੍ਰਧਾਨ ਮੰਤਰੀ ਲਈ ਸਵਿਧਾਨ ਦੇ ਕਿਸ ਭਾਗ ਨੂੰ ਜਿਹੜਾ ਭਾਰਤ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਜੀ ਭਾਗ 3 ਨੂੰ ਸਵਿਧਾਨ ਵਿੱਚ ਵਰਣਿਤ ਮੌਲਿਕ ਕਰਤੱਬ ਕਿਸ ਦੇਸ਼ ਦੇ ਸਵਿਧਾਨ ਤੋਂ ਲਏ ਗਏ ਨੇ ਤੈਲੇ ਗਏ ਨੇ ਜੀ ਪੂਰਵ ਸੋਵੀਅਤ ਸੰਘ ਤੋਂ ਅਗਲਾ ਪ੍ਰਸ਼ਨ ਹੈ ਕਿਸ ਦੀ অনুমতি ਤੋਂ ਕੋਈ ਭਾਰਤੀ ਨਾਗਰਿਕ ਵਿਦੇਸ਼ੀ ਸਰਕਾਰ ਤੋਂ ਕੋਈ ਉਪਾਦੀ ਜਾਂ ਸਨਮਾਨਤ ਪ੍ਰਾਪਤ ਕਰ ਸਕਦਾ ਹੈ ਤਵ ਜੀ ਭਾਰਤ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਅ ਰਾਜਸਥਾਨ ਉੱਚ ਅਦਾਲਤ ਕਿੱਥੇ ਹੈ ਪੀਜੀ ਜੋਧਪੁਰ ਵਿੱਚ ਭਾਰਤ ਦੇ ਪਹਿਲੇ ਮੁੱਖ ਚੋਨ ਕਮਿਸ਼ਨਰ ਕੌਣ ਸਨ ਤਾਂ ਉਹ ਸੀਗੇ ਸੁਖਮਾਰ ਸਿੰਘ ਭਾਰਤ ਦੀ ਸਰਵਉੱਚ ਵਿਧੀ ਕਿਹੜੀ ਹੈ ਤਾਂ ਇਹ ਹੈ ਜੀ ਸੰਵਿਧਾਨ ਜੋ ਭਾਰਤ ਦੀ ਸਰਵਉੱਚ ਵਿਧੀ ਹੈ ਸਮਾਨ ਨਿਆਂ ਅਤੇ ਨਸ਼ੁਲਕ ਵਿਧੀ ਸਹਾਇਤਾ ਦਾ ਪ੍ਰਵਧਾਨ ਸੰਵਿਧਾਨ ਦੇ ਕਿਹੜੇ ਅਨੁਛੇਦ ਦੇ ਵਿੱਚ ਹੈ ਤਾਂ ਇਹ ਹੈ ਜੀ ਅਨੁਛੇਦ 39 A ਦੇ ਵਿੱਚ ਭਾਰਤਿਆ ਨੂੰ ਸੱਤਾ ਦੇ ਹਸਤੰਤਰਣ ਦਾ ਉਲੇਖ ਸਰਵਪ੍ਰਥਮ ਕਦੋਂ ਦਿੱਤਾ ਗਿਆ ਤਾਂ ਕ੍ਰਿਪਸ ਪ੍ਰਸਤਾਵ 1942 ਦੇ ਵਿੱਚ ਬ੍ਰਿਟਿਸ਼ ਸੰਸਦ ਦੇ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਕੌਣ ਸਨ ਤਾ ਉਹ ਸੀਗੇ ਜੀ ਦਾਦਾ ਭਾਈ ਨਰੋਜੀ ਭਾਰਤ ਦੀ ਸੁਤੰਤਰਤਾ ਸਮੇਂ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਕੌਣ ਸੀਗਾ ਤਾ ਉਹ ਸੀਗੇ ਜੇ ਬੀ ਕ੍ਰਿਪਲਾਨੀ ਇਹ ਕਾਥਨ ਕਿਸ ਦਾ ਹੈ ਭਾਰਤ ਦਾ ਸੰਵਿਧਾਨ ਸੰਘੀ ਘਟ ਹੈ ਅਤੇ ਇਕਾਤਮਕ ਅਧਿਕ ਤਾਂ ਇਹ ਸੀਗਾ ਜੀ ਕੇਸੀ ਹਿਅਰ ਦਾ ਇੱਕ ਕਥਨ ਸੀਗਾ ਏਸੀਆਈ ਵਿਕਾਸ ਬੈਂਕ ਦਾ ਮੁੱਖ ਦਫ਼ਤਰ ਕਿਹੜੇ ਦੇਸ਼ ਦੇ ਵਿੱਚ ਸਥਿਤ ਹੈ ਤਾਂ ਇਹ ਜੀ ਫਿਲੀਪੀਨਸ ਦੇ ਵਿੱਚ ਜੋ ਮਨੀਲਾ ਸ਼ਹਿਰ ਹੈ ਉਸ ਦੇ ਵਿੱਚ ਜੋ ਏਸੀਆਈ ਵਿਕਾਸ ਬੈਂਕ ਹੈ ਜਿਹਦਾ ਮੁੱਖ ਦਫ਼ਤਰ ਹੈ ਜਿਹੜਾ ਉਸ ਦੇਤ ਹੈ ਬੀਅਰਰ ਬਾਂਡ ਸਕੀਮ ਦਾ ਉਦੇਸ਼ ਕੀ ਸੀ ਤਾਂ ਇਹਦਾ ਉਦੇਸ਼ ਸੀਗਾ ਜੀ ਕਾਲੇ ਧਨ ਦੀ ਨਿਕਾਸੀ ਵਿਆਜ ਦਰ ਕਿਸ ਨੀਤੀ ਨਾਲ ਸੰਬੰਧਿਤ ਹੈ ਤਾਂ ਇਹ ਜੀ ਮੌਦਰਿਕ ਨੀਤੀ ਨਾਲ ਰਾਸ਼ਟਰੀ ਵਿਕਾਸ ਪਰਿਸ਼ਦ ਦਾ ਗਠਨ ਕਦੋਂ ਕੀਤਾ ਗਿਆ ਸੀ ਤਾਂ ਇਹ ਕੀਤਾ ਗਿਆ ਸੀ 1952 ਦੇ ਵਿੱਚ ਸ਼ੇਅਰ ਬਾਜ਼ਾਰ ਵਿੱਚ ਅਲਫਾ ਫੈਕਟਰ ਦਾ ਕੀ ਅਰਥ ਹੈ ਉਹ ਅਵਧਾਰਨਾ ਜੋ ਕਿਸੇ ਸ਼ੇਅਰ ਨੂੰ ਅਸਥਿਰਤਾ ਦੀ ਮਾਪਨ ਕਰਦੀ ਹੈ ਤਾਂ ਅਲਫਾ ਫੈਕਟਰ ਉਸਨੂੰ ਕਿਹਾ ਜਾਂਦਾ ਹੈ ਮੈਂਬਰ ਸੰਖਿਆ ਦੇ ਆਧਾਰ ਤੇ ਭਾਰਤ ਦੀ ਸਭ ਤੋਂ ਵੱਡੀ ਟ੍ਰੇਡ ਯੂਨੀਅਨ ਕਿਹੜੀ ਹੈ ਤਾਂ ਉਹ ਹੈ ਜੀ ਇੰਟੁਕ ਯੂਨੀਅਨ ਉਸਦਾ ਨਾਮ ਹੈ ਅਗਲਾ ਪ੍ਰਸ਼ਨ ਹੈ ਅੰਤਰਰਾਜੀ ਪਰਿਸ਼ਦ ਦੇ ਸਬੰਧ ਵਿੱਚ ਉਪਬੰਧ ਸੰਵਿਧਾਨ ਦੇ ਕਿਸ ਉਨ ਅਨੁਛੇਦ ਦੇ ਵਿੱਚ ਜਿਹੜਾ ਉਹ ਵਰਣਿਤ ਹੈ ਤਾਂ ਇਹ ਹੈ ਜੀ ਅਨੁਛੇਦ 263 ਦੇ ਵਿੱਚ ਅਗਲਾ ਪ੍ਰਸ਼ਨ ਹੈ ਸਰਕਾਰੀ ਉਪਕਰਮ ਸਮਿਤੀ ਵਿੱਚ ਕੁੱਲ 22 ਮੈਂਬਰ ਹੁੰਦੇ ਨੇ ਲੋਕ ਸਭਾ ਅਤੇ ਰਾਜ ਸਭਾ ਦੇ ਕਿੰਨੇ ਕਿੰਨੇ ਮੈਂਬਰ ਇਹਦੇ ਵਿੱਚ ਹੁੰਦੇ ਨੇ ਤਾਂ ਲੋਕ ਸਭਾ ਦੇ 15 ਹੁੰਦੇ ਨੇ ਅਤੇ ਰਾਜ ਸਭਾ ਦੇ 7 ਦਾ ਟੋਟਲੇ 22 ਮੈਂਬਰ ਹੈ ਜਿਹੜੇ ਬੰਦੇ ਨੇ ਅਗਲਾ ਪ੍ਰਸ਼ਨ ਹੈ ਰਾਜਸਥਾਨ ਉੱਚ ਅਦਾਲਤ ਅਤੇ ਇਲਾਹਾਬਾਦ ਉੱਚ ਅਦਾਲਤ ਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਹੋਈ ਸੀ ਤਾਂ ਇਹ ਹੋਈ ਸੀ ਜੀ 1949 ਅਤੇ 1866 ਇਹ ਲਗਭਗ ਰਾਜਸਥਾਨ ਦੀ ਉੱਚ ਅਦਾਲਤ ਅਤੇ ਇਲਾਹਾਬਾਦ ਦੀ ਜੋ ਉੱਚ ਅਦਾਲਤ ਸੀ ਇਹਨਾਂ ਦੀ ਸਥਾਪਨਾ ਹੋਈ ਸੀ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਦੇ ਵਿੱਚ ਪ੍ਰੈਸ ਦੀ ਸੁਤੰਤਰਤਾ ਨਾਲ ਸੰਬੰਧਤ ਗੱਲ ਹੈ ਜਿਹੜੀ ਉ ਵਰਨਿਤ ਹੈ ਜਾਨਕੀ ਵਰਣਨ ਕੀਤਾ ਹੋਇਆ ਹੈ ਤਾਂ ਇਹ ਜੀ অনুচ্ছেদ 19 ਦੇ ਵਿੱਚ ਰਾਸ਼ਟਰਪਤੀ ਕਿਸ ਸੂਚੀ ਦੇ ਵਿਸ਼ਿਆਂ ਦੇ ਆਧਿਆਦੇਸ਼ ਹੈ ਜਿਹੜਾ ਜਾਰੀ ਨਹੀਂ ਕਰ ਸਕਦਾ ਤਾਂ ਇਹ ਹੈ ਜੀ ਰਾਜ ਸੂਚੀ ਦੇ ਸਰਵਪ੍ਰਥਮ ਕਿਸ ਰਾਜ ਵਿੱਚ ਲੋਕ ਅਦਾਲਤ ਉਜੋਜਿਤ ਕੀਤੀ ਗਈ ਸੀ ਸਰਵਪ੍ਰਥਮ ਜਾਨੀ ਕਿ ਸਭ ਤੋਂ ਪਹਿਲਾਂ ਤਾਂ ਇਹ ਕੀਤੀ ਗਈ ਸੀ ਜੀ ਗੁਜਰਾਤ ਦੇ ਵਿੱਚ ਸੰਸਦ ਵਿੱਚ ਜਿਸ ਪ੍ਰਸ਼ਨ ਦਾ ਉੱਤਰ ਮੌਖਿਕ ਦਿੱਤਾ ਜਾਂਦਾ ਹੈ ਉਹ ਕੀ ਹੁੰਦਾ ਹੈ ਤਾਂ ਉਹ ਹੁੰਦਾ ਹੈ ਜੀ ਤਾਰਕਿਕ ਪ੍ਰਸ਼ਨ ਜਾਂ ਤਾਰਕਿਤ ਪ੍ਰਸ਼ਨ ਬਿਆਲਮੀ ਸੋਧ ਦੁਆਰਾ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਮੌਲਿਕ ਕਰਤੱਵਾਂ ਨੂੰ ਜੋੜਿਆ ਗਿਆ ਹੈ ਤਾਂ ਅਨੁਛੇਦ 51A अनुच्छेद 21A मौलिक कर्तव्यਾਂ ਨੂੰ ਜੋੜਿਆ ਗਿਆ 42ਵੀਂ ਸੋਧ ਦੇ ਦੁਆਰਾ ਭਾਰਤ ਦੀ ਸੰਪਰਬੂਤਾ ਕਿਸ ਵਿੱਚ ਮੌਜੂਦ ਹੈ ਤਾਂ ਇਹ ਜੀ ਭਾਰਤ ਦੀ ਜਨਤਾ ਦੇ ਵਿੱਚ विश्व ਦੇ ਇੱਕਾਤਰ ਹਿੰਦੂ ਰਾਸ਼ਟਰ ਦਾ ਨਾਮ ਤਾਂ ਵਾਜੀ ਨੇਪਾਲ ਮੂਲ ਅਧਿਕਾਰਾਂ ਨੂੰ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਸੰਵਿਧਾਨਕ ਮਾਨਤਾ ਪ੍ਰਦਾਨ ਕੀਤੀ ਗਈ ਤਾਂ ਇਹ ਕੀਤੀ ਗਈ ਜੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਅਖੇਲ ਭਾਰਤੀ ਸੇਵਾਵਾਂ ਦੀ ਰਚਨਾ ਕੌਣ ਕਰ ਸਕਦਾ ਹੈ ਤਾਂ ਇਹ ਕਰ ਸਕਦੇ ਜੀ ਰਾਜ ਸਭਾ ਅਗਲਾ ਪ੍ਰਸ਼ਨ ਹੈ ਸੰਪਤੀ ਦਾ ਅਧਿਕਾਰ ਕਿਸ ਤਰ੍ਹਾਂ ਦਾ ਅਧਿਕਾਰ ਹੈ ਤਾਂ ਇਹ ਜੀ ਵਿਧਾਨਿਕ ਅਧਿਕਾਰ ਸੰਵਿਧਾਨ ਦੇ ਕਿਸ ਅਨੁਛੇਦ ਅੰਤਰਗਤ ਵਿੱਤੀ ਅਸੰਕਟਕਾਲ ਦੀ ਵਿਵਸਥਾ ਹੈ ਤਾਂ ਇਹ ਜੀ ਅਨੁਛੇਦ 360 ਦੇ ਅਨੁਸਾਰ ਲੋਕ ਸਭਾ ਦਾ ਕੋਰਮ ਕੁੱਲ ਮੈਂਬਰ ਸੰਖਿਆ ਦਾ ਕਿੰਨਾ ਹੁੰਦਾ ਹੈ ਆਏ ਜੀ 1/10 ਪੰਜ ਸਾਲੀ ਯੋਜਨਾ ਦਾ અનુਮੋਦਨ ਅਤੇ ਪੁਨਰ ਨਿਰੀਖਣ ਕਿਸ ਤੇ ਦੁਆਰਾ ਕੀਤਾ ਜਾਂਦਾ ਹੈ ਤਾਂ ਇਹ ਕੀਤਾ ਜਾਂਦਾ ਹੈ ਜੀ ਰਾਸ਼ਟਰੀ ਵਿਕਾਸ ਪਰਿਸ਼ਦ ਦੇ ਦੁਆਰਾ ਰਾਜ ਪਦਦਰ ਤੇ ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਹੈ ਤਾਂ ਇਹ ਕਰਦਾ ਹੈ ਜੀ ਰਾਜਪਾਲ ਨਵੇਂ ਰਾਜ ਦੇ ਗਠਨ ਜਾਂ ਸੀਮਾ ਪਰਿਵਰਤਨ ਦਾ ਅਧਿਕਾਰ ਕਿਸ ਨੂੰ ਹੈ ਤਾਂ ਇਹ ਹੈ ਜੀ ਸੰਸਦ ਨੂੰ ਭਾਰਤ ਵਿੱਚ ਲੋਕ ਸਭਾ ਕਿਸ ਦੇ ਦੁਆਰਾ ਭੰਗ ਕੀਤੀ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਦੇ ਦੁਆਰਾ ਲੋਕ ਸਭਾ ਜਿਹੜੀ ਉਹ ਭੰਗ ਕੀਤੀ ਜਾਂਦੀ ਹੈ ਭਾਰਤੀ ਸੰਵਿਧਾਨ ਵਿੱਚ ਸੰਗ ਦੀ ਕਾਰਜਪਾਲਿਕਾ ਸ਼ਕਤੀ ਕਿਸ ਵਿੱਚ ਮੌਜੂਦ ਹੈ ਤਾਂ ਏ ਹੈ ਜੀ ਰਾਸ਼ਟਰਪਤੀ ਦੇ ਵਿੱਚ ਰਾਜ ਸਭਾ ਦਾ ਸਰਪ੍ਰਥਮ ਗਠਨ ਕਦੋਂ ਹੋਇਆ ਤਾਂ ਇਹ ਹੋਇਆ ਸੀਗਾ ਜੀ 3 ਅਪ੍ਰੈਲ 1952 ਨੂੰ ਲੋਕ ਸਭਾ ਪ੍ਰਧਾਨ ਨੂੰ ਕੌਣ ਚੁਣਦਾ ਹੈ ਤਾਂ ਲੋਕ ਸਭਾ ਦੇ ਮੈਂਬਰ ਐਡੇ ਲੋਕ ਸਭਾ ਪ੍ਰਧਾਨ ਨੂੰ ਚੁੰਨਦੇ ਨੇ ਕਿ ਸੰਗ ਸਸ਼ਾਸਿਤ ਖੇਤਰ ਵੀ ਰਾਜ ਸਭਾ ਵਿੱਚ ਆਪਣਾ ਪ੍ਰਤੀਨਿਧ ਭੇਜਦੇ ਨੇ ਤਾਂ ਹਾਂ ਭੇਜਦੇ ਨੇ ਇਹਦਾ ਅਨਸਰਹੀ ਆਏਗਾ ਕੇਂਦਰ ਸਰਕਾਰ ਦਾ ਸੰਵਿਧਾਨਕ ਪ੍ਰਧਾਨ ਕੌਣ ਹੁੰਦਾ ਹੈ ਤਾਂ ਹੁੰਦਾ ਜੀ ਰਾਸ਼ਟਰਪਤੀ ਰਾਸ਼ਟਰਪਤੀ ਦੇ ਅਹੁਦੇ ਚੋਣਾਂ ਸਬੰਧੀ ਵਿਵਾਦ ਨੂੰ ਕੌਣ ਨਿਰਦੇਸ਼ਿਤ ਕਰਦਾ ਹੈ ਤੈ ਕਰਦੀ ਹੈ ਜੀ ਸਰਵ ਉੱਚ ਅਦਾਲਤ ਸੰਵਿਧਾਨ ਦਾ ਕਿਹੜਾ ਅਨੁਛੇਦ ਸਮਾਜਿਕ ਸਮਾਨਤਾ ਦਾ ਅਧਿਕਾਰ ਹੈ ਜਿਹੜਾ ਪ੍ਰਦਾਨ ਕਰਦਾ ਹੈ ਤਾਂ ਇਹ ਕਰਦਾ ਹੈ ਜੀ ਅਨੁਛੇਦ 15 ਜੋ ਸਮਾਜਿਕ ਸਮਾਨਤਾ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਸੰਵਿਧਾਨਕ ਸੋਧ ਲਈ ਬਿੱਲ ਨੂੰ ਸੰਸਦ ਦੇ ਕਿਸ ਸਦਨ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਕਿਸੇ ਵੀ ਸਾਧਨ ਸਾਧਨ ਦੇ ਵਿੱਚ ਜਿਹੜਾ ਇਹ ਪੇਸ਼ ਕੀਤਾ ਜਾਂਦਾ ਹੈ ਰਾਸ਼ਟਰਪਤੀ ਅਹੁਦੇ ਤੇ ਸਭ ਤੋਂ ਘੱਟ ਸਮੇਂ ਲਈ ਰਹਿਣ ਵਾਲੇ ਵਿਅਕਤੀ ਕੌਣ ਸਨ ਤਾਂ ਉਹ ਸੀਗੇ ਜੀ ਡਾਕਟਰ ਜਕਰ ਹੁਸੈਨ ਜੋ ਰਾਸ਼ਟਰਪਤੀ ਦੇ ਅਹੁਦੇ ਦੇ ਸਭ ਤੋਂ ਘੱਟ ਸਮੇਂ ਲਈ ਰਹੇ ਸੀ ਰਾਜਾਂ ਦਾ ਭਾਸ਼ਾਈ ਆਧਾਰ ਤੇ ਗਠਨ ਕਿਸ ਸਾਲ ਕੀਤਾ ਗਿਆ ਤਾਂ ਇਹ ਕੀਤਾ ਗਿਆ ਸੀਗਾ ਜੀ 1956 ਦੇ ਵਿੱਚ ਭਾਰਤੀ ਸੰਵਿਧਾਨ ਵਿੱਚ ਕਿਸ ਅਨੁਛੇਦ ਨੂੰ ਸੰਵਿਧਾਨ ਦੀ ਆਤਮਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਤਾਂ ਇਹ ਜਾਣਿਆ ਜਾਂਦਾ ਹੈ ਜੀ ਅਨੁਛੇਦ 32 ਬਿਹਾਰ ਵਿਧਾਨ ਸਭਾ ਵਿੱਚ ਮੈਂਬਰਾਂ ਦੀ ਸੰਖਿਆ ਕਿੰਨੀ ਹੈ ਤਾਂ ਇਹ ਜੀ 243 ਲੋਕ ਸਭਾ ਦੇ ਚੋਣ ਖੇਤਰਾਂ ਦਾ ਪਰਿਸੀਮਨ ਕਿਸ ਸਾਲ ਦੀ ਜਨਗਣਨਾ ਦੇ ਬਾਅਦ ਕੀਤਾ ਜਾਏਗਾ ਤਾਂ ਇਹ ਕੀਤਾ ਜਾਏਗਾ ਜੀ 2026 ਇਸਵੀ ਦੇ ਬਾਅਦ ਰਾਜ ਸਭਾ ਕਿਸੇ ਧਨ ਬਿੱਲ ਨੂੰ ਕਿੰਨੇ ਸਮੇਂ ਤੱਕ ਰੋਕ ਸਕਦੀ ਹੈ ਤਾਂ ਇਹ ਰੋਕ ਸਕਦੀ ਹੈ ਜੀ 14 ਦਿਨ ਲਈ ਨਗਰ ਨਿਗਮ ਦਾ ਸਰਵ ਉੱਚ ਅਧਿਕਾਰੀ ਨੂੰ ਕੀ ਕਹਿੰਦੇ ਨੇ ਤਾਂ ਇਸ ਨੂੰ ਕਿਹਾ ਜਾਂਦਾ ਜੀ ਮਹਾਪੌਰ ਜੋ ਨਗਰ ਨਿਗਮ ਦਾ ਸਰਵ ਉੱਚ ਅਧਿਕਾਰੀ ਹੁੰਦਾ ਹੈ ਭਾਰਤੀ ਸੰਵਿਧਾਨ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਤਾਂ 22 ਭਾਗਾਂ ਦੇ ਵਿੱਚ ਅੱਜ ਦੇ ਹਿਸਾਬ ਨਾਲ ਇਸ ਨੂੰ ਅਪਡੇਟ ਕਰ ਲਿਓ ਤਾ ਵਰਤਮਾਨ ਦੇ ਵਿੱਚ 448 ਅਨੁਛੇਦ ਨੇ 12 ਅਨੁਸੂਚੀਆਂ ਨੇ ਭਾਰਤੀ ਸੰਵਿਧਾਨ ਦੇ ਅੰਤਰਗਤ ਸੰਵਿਧਾਨ ਵਿੱਚ ਸੋਧ ਸਬੰਧੀ ਪਹਿਲ ਦਾ ਅਧਿਕਾਰ ਕਿਸ ਨੂੰ ਹੈ ਤਾਂ ਇਹ ਜੀ ਭਾਰਤੀ ਸੰਸਦ ਨੂੰ ਨੀਤੀ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਉਲੇਖਤ ਨੇ ਤਾਂ ਇਹ ਨੇ ਜੀ ਭਾਗ 4 ਦੇ ਵਿੱਚ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਸਰੂਪ ਕੀ ਹੈ ਤਈ ਹੈ ਜੀ ਸੰਗੀ ਰਾਜ ਸੁਤੰਤਰ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਕੌਣ ਸਨ ਤਾ ਉਸੇ ਜੀ ਚੱਕਰਵਰਤੀ ਰਾਜਗੋਪਾਲਚਾਰੀ ਵਰਤਮਾਨ ਭਾਰਤੀ ਨਾਗਰਿਕਾਂ ਨੂੰ ਕਿੰਨੇ ਕਿਸਮ ਦੇ ਮੌਲਿਕ ਅਧਿਕਾਰ ਨੇ ਜਿਹੜੇ ਉਹ ਪ੍ਰਾਪਤ ਨੇ ਤਾਂ ਉਹ ਨੇ ਜੀ ਛੇ ਤਰ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਲਈ ਅਦਾਲਤ ਕਿੰਨੇ ਪ੍ਰਕਾਰ ਦੇ ਲੇਖ ਜਾਰੀ ਕਰ ਸਕਦੀ ਹੈ ਤਰੀਕਸ ਨਾਲ ਦੇ ਜੀ ਪੰਜ ਪ੍ਰਕਾਰ ਦੇ ਕੇਸ ਉਹ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿੱਚ ਦਲ ਬਦਲੀ ਵਿਰੋਧੀ ਬਿੱਲ ਸੀ ਜਿਹੜਾ ਉਪਾਸ ਹੋਇਆ ਸੀ ਤਾਂ ਇਹ ਹੋਇਆ ਸੀਗਾ ਜੀ ਰਾਜਜੀਵ ਗਾਂਧੀ ਦੇ ਕਾਰਜਕਾਲ ਦੇ ਦੌਰਾਨ ਸੋ ਦੋਸਤੋ ਅਗਲੇ ਭਾਗ ਵਿੱਚ ਆਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀਗੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜ਼ਰੂਰ ਏਡ ਕਰ ਲਿਓ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਅਗਰ ਪੀਡੀਐਫ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਸਾਈਟ ਓਪਨ ਕਰਕੇ ਪੀਡੀਐਫ ਨੋਟਸ ਜਿਹੜੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਧੰਨਵਾਦ ਜੀ